ਕਿਸਾਨ ਵੀਰੋ ਤੁਹਾਡਾ ਫਿਰ ਸਵਾਗਤ ਹੈਗਾ ਜੀ। ਅੱਜ ਅਸੀਂ ਤੁਹਾਨੂੰ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੰਨ 2020 ਦੇ ਵਿੱਚ ਜਨਵਰੀ ਦੇ ਵਿੱਚ ਜਿਹੜੇ KVK ਸੈਂਟਰਸ ਹੈਗੇ ਆ ਜੀ ਬਠਿੰਡਾ, ਉਹਨਾਂ ਵੱਲੋਂ ਲਗਾਏ ਜਾਣ ਵਾਲੇ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਹੈਗੇ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜੀ। ਕਿਸਾਨ ਵੀਰੋ ਸਭ ਤੋਂ ਪਹਿਲਾਂ ਜੀ ਜਨਵਰੀ 2 ਅਤੇ 3 ਨੂੰ ਜਿਹੜਾ ਪ੍ਰੋਗਰਾਮ ਉੱਥੇ ਹੋ ਰਿਹਾ, ਵੱਖ ਵੱਖ ਉਮਰ ਦੇ ਲੋਕਾਂ ਲਈ ਸੰਤੁਲਿਤ ਖੁਰਾਕ ਕਿਵੇਂ ਲੈਣੀ ਹੈਗੀ ਹੈ ਜੀ, ਇਹਦਾ ਇੱਕ 2 ਅਤੇ 3 ਜਨਵਰੀ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਜੀ। ਉਸ ਤੋਂ ਬਾਅਦ 3 ਤੇ 10 ਜਨਵਰੀ ਨੂੰ ਮੁਰਗੀ ਪਾਲਣ ਬਾਰੇ ਉੱਥੇ ਟ੍ਰੇਨਿੰਗ ਦਿੱਤੀ ਜਾਏਗੀ ਜੀ। ਤੇ ਉਸ ਤੋਂ ਬਾਅਦ ਜਨਵਰੀ 7 ਜਿਹੜਾ ਕਣਕ ਵਿੱਚ ਪੀਲੀ ਘੁੰਗੀ ਦੀ ਰੋਕਥਾਮ ਵਾਸਤੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜੀ, KVK ਕੇਂਦਰ ਕਿਸਾਨ ਵਿਕਾਸ ਕੇਂਦਰ ਬਠਿੰਡਾ ਦੇ ਵਿੱਚ ਦਿੱਤੀ ਜਾਵੇਗੀ ਜੀ। ਉਸ ਤੋਂ ਬਾਅਦ 8 ਜਨਵਰੀ ਨੂੰ ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਦੀਆਂ ਤਕਨੀਕਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਤੁਹਾਨੂੰ ਅਲੱਗ ਅਲੱਗ ਤਕਨੀਕਾਂ ਸਿਖਾਈਆਂ ਜਾਣਗੀਆਂ, ਦੱਸੀਆਂ ਜਾਣਗੀਆਂ ਜੀ, ਤਾਂ ਕਿ ਤੁਸੀਂ ਇਹਦੇ ਵਿੱਚ ਹੋਰ ਵੱਧ ਤੋਂ ਵੱਧ ਆਪਣਾ ਮੁਨਾਫਾ ਕਮਾ ਸਕੋ। ਜਨਵਰੀ 9 ਨੂੰ ਹੈ ਜੀ ਪ੍ਰੋਗਰਾਮ ਸਹਾਇਕ ਧੰਦਿਆਂ ਲਈ ਵਿੱਤੀ ਸਹਾਇਤਾ ਲੈਣ ਲਈ ਪ੍ਰੋਜੈਕਟ ਰਿਪੋਰਟ ਕਿਵੇਂ ਤਿਆਰ ਕਰਨੀ ਹੈਗੀ ਹੈ ਜੀ, ਇਹਦੇ ਬਾਰੇ ਵੀ ਤੁਹਾਨੂੰ ਉਸ ਟ੍ਰੇਨਿੰਗ ਦੇ ਵਿੱਚ, ਉਸ ਦਿਨ ਦੀ ਟ੍ਰੇਨਿੰਗ ਦੇ ਵਿੱਚ ਦੱਸਿਆ ਜਾਏਗਾ ਜੀ। ਉਸ ਤੋਂ ਬਾਅਦ 9 ਅਤੇ 10 ਘਰੇਲੂ ਪੱਧਰ ਤੇ ਦੁੱਧ ਦੀ ਡੱਬਾਬੰਦੀ ਜੀ ਕਿਵੇਂ ਕਰਨੀ ਹੈਗੀ ਹੈ ਜੀ, ਦੁੱਧ ਦੀ ਪੈਕਿੰਗ ਕਿਵੇਂ ਕਰਨੀ ਹੈਗੀ ਹੈ ਕਿਸਾਨ ਵੀਰੋ, ਇਹ ਵੀ ਪ੍ਰੋਗਰਾਮ ਇੱਕ ਟ੍ਰੇਨਿੰਗ ਪ੍ਰੋਗਰਾਮ ਉਲੀਕਿਆ ਗਿਆ ਹੈਗਾ ਜੀ ਜਨਵਰੀ ਦੇ ਵਿੱਚ ਜੀ। ਤੇ ਉਸ ਤੋਂ ਬਾਅਦ 1 ਜਨਵਰੀ 16 ਅਤੇ 20 ਤਰੀਕ ਨੂੰ ਸਰ ਇੱਕ ਪ੍ਰੋਗਰਾਮ ਹੈਗਾ ਜੀ, ਉਹਦੇ ਵਿੱਚ ਬਿਸਕੁਟ ਅਤੇ ਮਠਿਆਈਆਂ ਕਿਵੇਂ ਤਿਆਰ ਕਰਨੀਆਂ, ਵਾਹ ਜੀ ਵਾਹ, ਮੂੰਹ ਦੇ ਵਿੱਚ ਪਾਣੀ ਆ ਗਿਆ ਜੀ, ਤੇ ਬਿਸਕੁਟ ਅਤੇ ਮਠਿਆਈਆਂ ਕਿਵੇਂ ਤਿਆਰ ਕਰਨੀਆਂ ਹੈਗੀਆਂ ਜ਼ਰੂਰ ਕਿਸਾਨ ਵੀ ਦੇਖਣ, ਆਪਣੀਆਂ ਮਾਵਾਂ ਭੈਣਾਂ ਮਾਤਾਵਾਂ ਨੂੰ ਵੀ ਇਸ ਟ੍ਰੇਨਿੰਗ ਦੇ ਵਿੱਚ ਲੈ ਕੇ ਜਾਣ ਜੀ। ਉਸ ਤੋਂ ਬਾਅਦ 27 ਜਨਵਰੀ ਇਸ ਮਹੀਨੇ ਜਨਵਰੀ ਦੇ 27 ਨੂੰ ਜੀ ਪ੍ਰੋਗਰਾਮ ਹੈਗਾ ਜੀ, ਪਸ਼ੂਆਂ ਲਈ ਸੰਤੁਲਿਤ ਖੁਰਾਕ ਕਿਵੇਂ ਬਣਾਈ ਜਾਏ, ਇਹ 27 ਜਨਵਰੀ ਨੂੰ ਇਹ ਟ੍ਰੇਨਿੰਗ ਪ੍ਰੋਗਰਾਮ KVK ਬਠਿੰਡਾ ਦੇ ਵਿੱਚ ਹੈਗਾ ਜੀ, ਰੱਖਿਆ ਗਿਆ ਹੈਗਾ ਜੀ। ਤੇ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ, ਇਸ ਨੂੰ ਇੱਕ ਤਾਂ ਤੁਸੀਂ ਆਪ ਜ਼ਰੂਰ ਜਾਣਾ ਹੈਗਾ ਜੀ, ਤੇ ਆਪਣੇ ਹੋਰ ਤੁਹਾਡੇ ਜਿੰਨੇ ਸਾਥੀ ਹੈ, ਤੁਹਾਡੇ ਵਟਸਐਪ ਗਰੁੱਪ ਹੈਗੇ ਜਾਂ ਫੇਸਬੁੱਕ ਤੁਹਾਡੇ ਗਰੁੱਪ ਹੈਗੇ ਆ, ਤੁਸੀਂ ਇਹ ਵੀਡੀਓ ਉੱਥੇ ਸ਼ੇਅਰ ਜ਼ਰੂਰ ਕਰਨਾ ਮੇਰੇ ਜਿੰਨੇ ਵੀ ਕਿਸਾਨ ਵੀਰ ਸਾਥੀ ਹੈਗੇ ਆ, ਤਾਂ ਕਿ ਇਹਦੀ ਵੱਧ ਤੋਂ ਵੱਧ ਸਾਡੇ ਕਿਸਾਨ ਵੀਰਾਂ ਨੂੰ ਇਹਦੇ ਬਾਰੇ ਪਤਾ ਲੱਗ ਸਕੇ ਜੀ। ਕਿਸਾਨ ਵੀਰੋ ਹੋਰ ਵੀ ਅਸੀਂ ਅਲੱਗ ਅਲੱਗ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜੀ ਹੋਰ ਵੀ, ਤੇ ਤੁਸੀਂ ਇਹ ਵੀਡੀਓ ਤੁਸੀਂ ਦੇਖੋ, ਤੁਹਾਨੂੰ ਕਿਵੇਂ ਦਾ ਵੀਡੀਓ ਲੱਗਾ ਕਮੈਂਟ ਦੇ ਵਿੱਚ ਤੁਸੀਂ ਲਿਖੋ, ਤੇ ਹੋਰ ਤੁਹਾਨੂੰ ਕੀ ਕੁਛ ਤੁਸੀਂ ਦੇਖਣ ਲਈ ਜਾਂ ਕੋਈ ਇੰਟਰਵਿਊ ਕਿਸੇ ਦੀ ਤੁਹਾਨੂੰ ਮਾਹਰਾਂ ਦੀ ਚਾਹੀਦੀ ਹੈ ਕਿ ਆਪਾਂ ਜ਼ਰੂਰ ਤੁਹਾਨੂੰ ਸੁਣਾਵਾਂਗੇ। ਤੇ ਤੁਸੀਂ ਇਹੀ ਕੋਸ਼ਿਸ਼ ਹੈ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ ਜੀ।